ਤਾਂ ਮੈਂ ਗੁਜ਼ਾਰਿਸ਼ ਕਰੇ ਸਾਂ ਵਾਈਸ ਚੇਅਰਮੈਨ ਗੰਧਾਰਾ ਹਿੰਕੋ ਬੋਰਡ ਸਰ ਡਾਕਟਰ ਸਲਾਹਉਦੀਨ ਖਾਨ ਸਾਹਿਬ ਨੂੰ ਜੋ ਪਲੀਜ਼ ਸਟੇਜ ਤੇ ਤਸ਼ਰੀਫ ਗਿਨਾਓ ਤੇ ਆਪਣੀ ਗੱਲ ਮੁਖਾੜ ਕਰੋ। ਤਕਰੀਬਨ ਸਵਾ ਸਾਲ ਹੋ ਗਿਆ ਕਿ ਅਸੀਂ ਪਹਿਲੇ ਆਏ ਹਾਂ ਇੱਥੇ ਡੇਰਾ ਇਸਮਾਇਲ ਖਾਨ ਦੇ ਘਰ ਅਤੇ ਸਾਈਂ ਜਿਹੜੀ ਪਹਿਲੀ ਕਾਨਫਰੰਸ ਕੀਤੀ ਇਸੀ ਹਾਲ ਦੇ ਘਰ। ਯਕੀਨਨ ਉਸਦੇ ਹਵਾਏ ਦੇ ਨਾਲ ਖੁਸ਼ਗਵਾਰ ਯਾਦਾਂ ਵੀ ਹਾਂ ਅਤੇ ਸਾਨੇ ਇਹ ਸੋਚਿਆ ਹੈ ਕਿ ਅਸੀਂ ਇਸ ਜਿਹੜਾ ਇਹ ਸਫ਼ਰ ਹੈ ਇਸ ਨੂੰ ਅਸੀਂ ਜਾਰੀ ਰੱਖ ਸਕੀਏ। ਮੁਹਤਰਮ ਇਜਾਜ਼ ਕੁਰੇਸ਼ੀ ਸਾਹਿਬ ਜੀ ਜੇਕਰ ਤਸ਼ਰੀਫ ਫਰਮਾ ਹੋਣ ਉਹਨਾਂ ਦੀ ਸਰਪ੍ਰਸਤੀ ਦੇ ਘਰ ਸਾਨੇ ਇਸ ਵਕਤ ਇਸ ਸਾਲ ਦੇ ਵਾਸਤੇ ਨਾ ਸਿਰਫ ਇਹ ਕਿ ਡੇਰਾ ਦੇ ਘਰ ਇੱਕ ਕਾਨਫਰੰਸ ਰੱਖੀ ਹੈ ਬਲਕਿ ਇਸ ਬਾਅਦ ਯਕੇ ਬਾਅਦ ਦੀਗ ਰਹੇ ਅਸੀਂ ਹਰੀਪੁਰ ਸਵਾਤ ਅਤੇ ਇਸੇ ਤਰੀਕੇ ਨਾਲ ਅਸੀਂ ਚਪਰਾਲ ਤੱਕ ਵੀ ਇਸ ਕਾਨਫਰੰਸ ਜਿਹੜੀ ਜਨਤਾ ਉਹ ਅਸੀਂ ਉਹਨਾਂ ਦੇ ਇਨਕਾਤ ਕਰ ਸਕੀਏ। ਅਤੇ ਇਸੀ ਸਾਲ ਦੇ ਘਰ ਇਨਸ਼ਾਅੱਲਾ ਸਾਡੀ ਆਲਮੀ ਇਨਕੋ ਕਾਨਫਰੰਸ ਵੀ ਹੋ ਸੀ ਕਿ ਜਿਹੜੀ ਪਿਸ਼ਾਵਰ ਦੇ ਘਰ ਸੀ। ਦੂਸਰੀ ਚੀਜ਼ ਜਿਹੜੀ ਅੱਜ ਦੇ ਇਸ ਨਿਸ਼ਚਿਤ ਦੇ ਹਵਾਲੇ ਨਾਲ ਯਕੀਨਨ ਮੈਂ ਸਮਝਦਾ ਹਾਂ ਕਿ ਬਹੁਤ ਹੀ ਜ਼ਰੂਰੀ ਹੈ ਕਿ ਮੁਹਤਰਮ ਜਮਸ਼ੇਦ ਦਸਤੀ ਸਾਹਿਬ ਇੰਤਹਾਈ ਫਕੀਰਾਨਾ ਰਵਿਸ਼ ਰੱਖਣ ਵਾਲੇ ਸਾਡੇ ਐਮ ਐਨ ਏ ਹੋਣ। ਮੁਹਤਰਮ ਅਜ਼ੀਜ਼ੁਲ ਅਲੀ ਜ਼ਈ ਸਾਹਿਬ ਵੀ ਅਜ਼ੀਜ਼ਮ ਇਹ ਜਗ੍ਹਾ 'ਤੇ ਮੌਜੂਦ ਹਨ। ਅਸੀਂ ਇਹ ਸਮਝਦੇ ਹਾਂ ਕਿ ਜਿਸ ਤਰੀਕੇ ਨਾਲ ਇਸ ਸੂਬੇ ਖੈਬਰ ਪਖਤੂਨਖਵਾ ਦੇ ਦੀਗਰ ਸ਼ੋਰਾ ਇਕਰਾਮ ਹਨ ਬਿਲਖਸੂਸ ਸੂਫੀਆ ਯਾਨੀ ਸੂਫੀਆਨਾ ਅਤੇ ਤਸਵਫਾਨਾ ਜਿਨ੍ਹਾਂ ਦੀ ਸ਼ਾਇਰੀ ਹੈ ਤਾਂ ਉਹਨਾਂ ਦਾ ਨਾਮ ਤਕਰੀਬਨ ਸੂਬੇ ਦੇ ਕਾਰ ਬਹੁਤ ਹੀ ਮਾਰੂਫ ਹੈ। ਇਸੇ ਤਰੀਕੇ ਨਾਲ ਅਸੀਂ ਸਮਝਦੇ ਹਾਂ ਕਿ ਸਾਈ ਗੁਲਾਮ ਫਕੀਰ ਜਿਹੜੇ ਇਸ ਜਗ੍ਹਾ 'ਤੇ ਰਹਿਮਤੁੱਲਾ ਅਲੈਹ ਇਸ ਸਰਾਇਕੀ ਬੈਂਡ ਦੇ ਜਾਂ ਸਰਾਇਕੀ ਵਸੇਬ ਜੋ ਤੁਸੀਂ ਕਹਿੰਦੇ ਹੋ ਉਸਦੇ ਸ਼ਾਇਰ ਹੋਣ। ਇਸੇ ਤਰੀਕੇ ਨਾਲ ਸਾਈਂ ਅਹਿਮਦ ਅਲੀ ਜਿਹੜੇ ਸਾਡੇ ਪਿਸ਼ਾਵਰ ਦੇ ਅਤੇ ਹਜ਼ਾਰਾ ਦੇ ਕਾਰ ਸਾਈਂ ਗੁਲਾਮ ਦੀਨ ਹਜ਼ਾਰਵੀਂ ਇਹ ਉਹ ਸ਼ੋਰਾ ਇਕਰਾਮ ਹੋਣ ਕਿ ਅਸੀਂ ਸਮਝਦੇ ਹਾਂ ਕਿ ਜਿਨ੍ਹਾਂ ਦਾ ਤਸਵਫ ਦੇ ਉੱਤੇ ਜਾਂ ਸੂਫੀਆਨਾ ਸ਼ਾਇਰੀ ਦੇ ਕਾਰ ਉਹ ਹੀ ਮਕਾਮ ਹੈ ਕਿ ਜਿਹੜਾ ਇਸ ਸੂਬੇ ਦੇ ਕਾਰ ਕਿਸੇ ਵੀ ਦੂਸਰੀ ਜ਼ਬਾਨ ਦੇ ਸੂਫੀ ਸ਼ੋਰਾ ਦੇਵੇ ਅਤੇ ਉਹ ਨਿਸਬਤ ਜਾਂ ਉਹ ਅਹਿਮੀਅਤ ਕਿ ਜਿਹੜੀ ਇਹਨਾਂ ਸ਼ੋਰਾ ਇਕਰਾਮ ਨੂੰ ਸਾਡੇ ਸਕੂਲਸ ਅਤੇ ਕਾਲਜਸ ਦੇ ਕਾਰ ਨਿਸਾਬ ਦੇ ਕਾਰ ਸ਼ਾਮਿਲ ਕਰਕੇ ਦਿੱਤੀ ਜਾ ਸਕਦੀ ਹੈ ਉਹ ਇਸ ਵਕਤ ਸਾਡੀ ਨਾ ਸਿਰਫ ਇਸ ਸਰਾਇਕੀ ਵਸੇਬ ਦੇ ਕਾਰ ਪਿਸ਼ਾਵਰ ਦੇ ਕਾਰ ਬਲਕਿ ਹਜ਼ਾਰੇ ਦੇ ਕਾਰ ਵੀ ਉਹ ਅਹਿਮੀਅਤ ਸਾਡੇ ਇਹਨਾਂ ਸੂਫੀ ਸ਼ੋਰਾ ਨੂੰ ਨਹੀਂ ਦਿੱਤੀ ਗਈ ਜਿਸ ਦੀ ਵਜ੍ਹਾ ਦੇ ਨਾਲ ਸ਼ਾਇਦ ਇਹਨਾਂ ਦਾ ਨਾਂ ਉਸ ਹਵਾਏ ਦੇ ਨਾਲ ਕਿ ਪੂਰੇ ਸੂਬੇ ਦੇ ਕਾਰ ਇੱਕ ਉਰਫੀਅਤ ਰੱਖੇ ਉਸ ਹਵਾਏ ਦੇ ਨਾਲ ਇਸ ਵਕਤ ਮੌਜੂਦ ਨਹੀਂ ਗਾ। ਗੰਧਾਰਾ ਇਨਕੋ ਬੋਰਡ ਅਤੇ ਗੰਧਾਰਾ ਇਨਕੋ ਅਕੈਡਮੀ ਇਹ ਉਹ ਇਦਾਰੇ ਹੋਣ ਕਿ ਜਿਨ੍ਹਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਜਿਤਨੀ ਵੀ ਸੂਬੇ ਖੈਬਰ ਪਖਤੂਨਖਵਾ ਦੀਆਂ ਜ਼ਬਾਨਾਂ ਹੋਣ ਅਤੇ ਕਮੋ ਬੇਸ਼ ਇਹ 30 ਦੇ ਕਰੀਬ ਜ਼ਬਾਨਾਂ ਹੋਣ ਕਿ ਜਿਹੜੀਆਂ ਬੋਲੀਆਂ ਜਾਂਦੀਆਂ ਹਨ ਮੁਖਤਲਿਫ ਇਲਾਕਿਆਂ ਦੇ ਕਾਰ ਅਤੇ ਸਾਡੀ ਇਹ ਕੋਸ਼ਿਸ਼ ਹੈ ਕਿ ਨਾ ਸਿਰਫ ਉਹਨਾਂ ਦਾ ਅਦਬ ਉਹਨਾਂ ਦੀ ਸਕਾਫਤ ਬਲਕਿ ਉਹਨਾਂ ਦੀ ਇਸ ਜ਼ਬਾਨ ਦੀ ਤਰਵੀਜ ਦੇ ਵਾਇਦ ਨਾਲ ਜਿਤਨੀ ਮੁਸ਼ਕਲਾਂ ਜਾਂ ਰੁਕਾਵਟਾਂ ਮੌਜੂਦ ਹਨ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਯਕੀਨਨ ਇਸ ਜਗ੍ਹਾ ਦੇ ਉੱਤੇ ਅਸੀਂ ਜਿਤਨੀ ਵੀ ਕੋਸ਼ਿਸ਼ਾਂ ਹੋਈਆਂ ਇਸ ਹਵਾਏ ਦੇ ਨਾਲ ਉਸਦਾ ਇਤਰਾਫ਼ ਵੀ ਕਰ ਰਹੇ ਹਾਂ ਚਾਹੇ ਉਹ ਡੇਰਾ ਇਸਮਾਇਲ ਖਾਨ ਦੇ ਕਰ ਰਹੀ ਹਾਂ ਜਾਂ ਪਿਸ਼ਾਵਰ ਦੇ ਕਰ ਰਹੀ ਹਾਂ ਲੇਕਿਨ ਡੇਰਾ ਦੇ ਨਾਲ ਸਾਡੀ ਇੱਕ ਨਿਸਬਤ ਜ਼ਰੂਰ ਅਜਿਹੀ ਆਵੇ ਕਿ ਜਿਸ ਨੂੰ ਅਸੀਂ ਕਦੀ ਵੀ ਭੁਲਾ ਨਹੀਂ ਸਕਦੇ ਹਾਂ ਉਹ ਇਹ ਕਿ ਡੇਰਾ ਹਮੇਸ਼ਾ ਫੁੱਲਾਂ ਦਾ ਸਿਹਰਾ ਰਹੀ ਆਵੇ ਇਸ ਸੂਬੇ ਖੈਬਰ ਪਖਤੂਨਖਵਾ ਦਾ ਅਤੇ ਅਸੀਂ ਸਮਝਦੇ ਹਾਂ ਕਿ ਜਿਸ ਜਗ੍ਹਾ ਦੇ ਉੱਤੇ ਵੀ ਡੇਰੇ ਦਾ ਨਾਮ ਹੋ ਸੀ ਯਕੀਨਨ ਇਹ ਸਿਹਰਾ ਜਿਹੜਾ ਹੈ ਉਸ ਜਗ੍ਹਾ 'ਤੇ ਗੱਲ ਕਰਨ ਵਾਲੇ ਦੇ ਸਿਰ ਦੇ ਉੱਤੇ ਸਾਈਡ ਰਹੇ ਸੀ। ਆਖਿਰ ਦੇ ਕਾਰ ਹਜ਼ਰਤ ਅਗਾਮਾ ਦਾ ਇੱਕ ਸ਼ੇਰ ਪੜ੍ਹ ਕੇ ਮੈਂ ਤੁਹਾਡੇ ਸੀ ਜ਼ਿਆਦਾ ਚਾਹਾਂ ਤੂੰ ਗਨੀ ਅਜ਼ ਹਰ ਦੁਆਲਮ ਮਨ ਫਕੀਰ ਰੋਜ਼ ਮਹਿਸ਼ਰ ਉਜ਼ਰ ਹਾਏ ਮਨ ਪਜ਼ੀਰ ਦਰ ਹਿਸਾਬ ਅਮਰਾ ਤੂੰ ਵੀ ਨੀ ਨਾਗਜ਼ੀਰ ਅਜ਼ ਨਿਗਾਹ ਮੁਸਤਫਾ ਪਿਨਹਾ ਬਗੀਰ। ਬਹੁਤ ਬਹੁਤ ਸ਼ੁਕਰੀਆ ਜੀ।